वाहे गुरु साहिब जियो तेरे बंके लोयन दंत रिसाला सोहने नक जिन लमड़े वाला तेरे बंके लोयन दंत रिसाला सोहने नक जिन लमड़े वाला कंचन काया सोने की ढाला सोवन ढाला कृष्ण माला जप हो तुसी सहेली हो सज्जन सच्चा पात साहो शेर साहा दसाहो जिस पास बैठिया सोही है सबना दा वेसाहो सतनाम श्री वाहे गुरु साहिब जीओ सोरठा कंगा दोनों वक्त पाग चुने कर बंदई दातन नीत करे ना दुख पावे लाल जी सोरठ कंगा दोनों वक्त वाहे गुरु जी का खालसा वाहे गुरु जी की फतेह। परम सम्मान योग गुरु की साजी नवाजी गुरु रूप गुरु खालसा गुरसंगत जियो गुरु का खास रूप गुरु द्वारा दुलारी प्यारी निरारी गुरु की संगत आपा सरबत माई भाई शामा दे दीवाना दे विच पहुँच करके सतगुरु सहबान जी दे वाकां नूं याद करदिआं होइआं सब ते उत्तम हर की कथा और नाल नाल जिहड़ी मर्यादा दृढ़ करन दा जिहड़ा ये महान अवसर सानूं बख्श रहे हन इकला मनुख दा जिहड़ा जीवन है वह अपने तक सीमित नहीं रहिंदा। जे कोई अज दे समें दे अंदर कोई शराबी कबाबी नशेड़ी है ते ओ जेड़ा असर है उस दियां कुलां तक भी पहुँचदा है। उसे प्रकार जेड़े तुसीं गुरु के प्यारे गुरु की संगत मातावां वीर बजुर्ग गुरु दरबार दे विच हाजर हो करके हाजरियां भरदे हो इस दा जेड़ा असर है इस दा जेड़ा महात्म है ये आउण वालियां तुहाडियां पीढ़ियां तक भी विराजमान रहेगा इस दा असर होवेगा क्योंकि जेड़े हर रोज़ दे गुण सुनने उही जेड़े गुण हन
ਗਾਹੇ ਅਵਗਾਹੇ ਅੱਗੇ ਔਲਾਦ ਦੇ ਵਿੱਚ ਪਹੁੰਚਦੇ ਹਨ। ਅਤੇ ਉਹ ਜਿਹੜੀ ਪਾਵਨ ਮਰਿਆਦਾ ਹੈ, ਜਿਸ ਦੇ ਵਿਚਾਰ ਆਪਾਂ ਕਈ ਰੋਜ਼ ਤੋਂ ਕਰਦੇ ਆ ਰਹੇ ਹਾਂ, ਉਹ ਹਨ ਪਾਵਨ ਪਵਿੱਤਰ ਕੇਸ। ਅਤੇ ਇਹ ਜਿਹੜੇ ਕੇਸ ਹਨ, ਇਹ ਤਾਂ ਆਪਾਂ ਸਾਰੇ ਜਾਣਦੇ ਹੀ ਹਾਂ ਕਿ ਸਤਿਗੁਰੂ ਸਾਹਿਬਾਨ ਜੀ ਨੇ ਇਸ ਨੂੰ ਬੜਾ ਵਡਿਆਇਆ ਹੈ ਪਾਵਨ ਗੁਰਬਾਣੀ ਗੁਰ ਇਤਿਹਾਸ ਦੇ ਰਾਹੀਂ। ਪਰ ਇਸ ਤੋਂ ਬਾਅਦ ਜਿਹੜੇ ਹੋਰ ਰਿਸ਼ੀ ਮੁਨੀ ਧਰਮ ਗ੍ਰੰਥ ਸੰਸਾਰ ਦੇ ਉੱਪਰ ਵਿਰਾਜਮਾਨ ਨੇ, ਉਹਨਾਂ ਨੇ ਵੀ ਬੜਾ ਕੇਸਾਂ ਨੂੰ ਵਡਿਆਇਆ ਹੈ। ਅੱਜ ਦੀ ਜਿਹੜੀ ਆਪਾਂ ਵਿਚਾਰ ਕਰਨੀ ਹੈ ਉਹ ਇਹੀ ਕਰਨੀ ਹੈ ਕਿ ਹੋਰਨਾਂ ਧਰਮਾਂ ਦੇ ਜਿਹੜੇ ਪੈਰੋਕਾਰ ਨੇ, ਪੈਦਾ ਕਰਨ ਵਾਲੇ ਹਨ, ਉਹਨਾਂ ਦੇ ਜਿਹੜੇ ਰਿਸ਼ੀ ਮੁਨੀ ਹਨ, ਉਹਨਾਂ ਨੇ ਕੇਸਾਂ ਨੂੰ ਕਿਵੇਂ ਵਡਿਆਇਆ ਹੈ। ਸਭ ਤੋਂ ਪਹਿਲਾਂ ਆਪਾਂ ਵਿਚਾਰ ਪ੍ਰਾਰੰਭ ਕਰਦੇ ਹਾਂ ਕਿ ਜਿਵੇਂ ਹਿੰਦੂ ਸਮਾਜ ਦੇ ਅੰਦਰ 24 ਅਵਤਾਰ ਗਿਣੇ ਜਾਂਦੇ ਆ, ਅਤੇ 24 ਅਵਤਾਰਾਂ ਦੇ ਵਿੱਚੋਂ ਮੁੱਖ ਰੂਪ ਦੇ ਅੰਦਰ 2 ਅਵਤਾਰਾਂ ਦੀ ਜਿਹੜੀ ਕਥਾ ਹੈ, ਜਿਹੜਾ ਜ਼ਿਕਰ ਹੈ, ਉਹ ਆਪਾਂ ਵਧੇਰੇ ਸੁਣਦੇ ਪੜ੍ਹਦੇ ਹਾਂ। ਉਹਨਾਂ ਦੇ ਵਿੱਚੋਂ ਪਹਿਲੇ ਹਨ ਸ਼੍ਰੀ ਰਾਮ ਚੰਦਰ ਜੀ। ਇਹਨਾਂ ਦੇ ਜਦੋਂ ਅਸੀਂ ਧਰਮ ਗ੍ਰੰਥ ਵਿਚਾਰ ਪੜ੍ਹ ਕੇ ਸੁਣ ਕੇ ਵੇਖਦੇ ਹਾਂ, ਅਤੇ ਜਿਸ ਵੇਲੇ ਸ਼੍ਰੀ ਰਾਮ ਚੰਦਰ ਜੀ ਦੀ ਮਾਤਾ ਮਤਰੇਈ ਮਾਤਾ, ਜਿਹੜੀ ਜਿਸ ਦਾ ਨਾਮ ਕੇਕੇਈ ਕਰਕੇ ਸੀ, ਇਸ ਦੇ ਜ਼ੋਰ ਪਾਉਣ ਕਰਕੇ ਜਦੋਂ, ਕਿਉਂਕਿ ਸ਼੍ਰੀ ਰਾਮ ਚੰਦਰ ਜੀ ਨੂੰ ਮਰਿਆਦਾ ਪੁਰਸ਼ੋਤਮ ਆਖਿਆ ਜਾਂਦਾ ਹੈ, ਅਤੇ ਜਿਹੜਾ ਮਰਿਆਦਾ ਪੁਰਸ਼ੋਤਮ ਜਿਸ ਦਾ ਨਾਮ ਪਿਆ ਹੋਵੇ, ਉਹ ਕਿਸੇ ਦੀ ਆਗਿਆ ਦਾ ਟਾਲ ਮਟੋਲਾ ਨਹੀਂ ਕਰਦਾ। ਅਤੇ ਉਸੇ ਪ੍ਰਕਾਰ ਹੀ ਇਹ ਦਸ਼ਰਥ ਦੀ ਘਰ ਵਾਲੀ ਸ਼੍ਰੀ ਰਾਮ ਚੰਦਰ ਦੀ ਮਤਰੇਈ ਮਾਂ ਕੇਕਈ ਦੇ ਕਹਿਣ ਦੇ ਉੱਪਰ, ਜਿਸ ਵੇਲੇ ਸ਼੍ਰੀ ਰਾਮ ਚੰਦਰ ਨੂੰ ਬਨਵਾਸ ਕੱਟਣ ਦੇ ਲਈ ਭੇਜਿਆ, ਅਤੇ ਕੇਕਈ ਆਖਣ ਲੱਗੀ ਕਿ ਮੇਰੇ ਪੁੱਤਰ ਭਰਤ ਨੂੰ ਇਸ ਰਾਜ ਗੱਦੀ ਦਾ ਮਾਲਕ ਬਣਾਓ, ਉਸ ਸਮੇਂ ਸ਼੍ਰੀ ਰਾਮ ਚੰਦਰ ਜੀ ਨੇ ਔਰ ਇਹਨਾਂ ਦੇ ਭਰਾਤਾ ਸ਼੍ਰੀ ਲਛਮਣ ਜੀ ਨੇ ਔਰ ਆਪ ਜੀ ਦੀ ਸੁਪਤਨੀ ਮਾਤਾ ਸੀਤਾ ਨੇ ਆਪਣੇ ਮਹਿਲਾਂ ਦੇ ਵਿੱਚ ਜਦੋਂ ਜਾਣ ਦਾ ਤਿਆਰਾ ਕੀਤਾ, ਉਸ ਵੇਲੇ ਬਚਨ ਲਿਖੇ ਹੋਏ ਤੁਲਸੀ ਰਮਾਇਣ ਦੇ ਵਿੱਚੋਂ ਸਾਨੂੰ ਮਿਲਦੇ ਹਨ ਕਿ ਸ਼੍ਰੀ ਰਾਮ ਚੰਦਰ ਜੀ ਨੇ ਤਿਆਰੀ ਕੀ ਕੁਝ ਕੀਤੀ। ਜਿਵੇਂ ਆਪਾਂ ਵੀ ਕਿਸੇ ਜਗ੍ਹਾ ਜਦੋਂ ਯਾਤਰਾ 'ਤੇ ਜਾਣਾ ਹੋਵੇ, ਆਪਾਂ ਵੀ ਕਈ ਪ੍ਰਕਾਰ ਦਾ ਬੰਦੋਬਸਤ ਕਰਦੇ ਹਾਂ, ਉਸੇ ਪ੍ਰਕਾਰ ਸ਼੍ਰੀ ਰਾਮ ਚੰਦਰ ਜੀ ਨੇ ਕੀ ਤਿਆਰੀ ਕੀਤੀ। ਭਗਤ ਤੁਲਸੀਦਾਸ ਜੀ ਲਿਖਦੇ ਹਨ, ਸਕਲ ਸੋਚ ਕਰ ਰਾਮ ਨਹਾਵਾ, ਸੁੱਚ ਸੁਜਾਨ ਬਟ ਖੀਰ ਮੰਗਾਵਾ। ਕਿ ਸਭ ਪ੍ਰਕਾਰ ਜਦੋਂ ਇਹ ਫੈਸਲਾ ਹੋ ਗਿਆ ਕਿ ਬਨਵਾਸ ਕੱਟਣ ਜਾਣਾ ਹੀ ਹੈ, ਅਤੇ ਆਪ ਜੀ ਨੇ ਤਿਆਰਾ ਕਰਕੇ ਬੜੀ ਭਾਵਨਾ ਦੇ ਨਾਲ ਸਤਿਕਾਰ ਵਜੋਂ ਕਿ ਜਿਹੜੇ ਮੇਰੇ ਪਵਿੱਤਰ ਕੇਸ ਹਨ, ਇਹਨਾਂ ਨੂੰ ਜੰਗਲਾਂ ਦੇ ਵਿੱਚ ਕਦੇ ਸਮਾਂ ਮਿਲੇਗਾ, ਕੋਈ ਸਾਧਨ ਹੋਵੇਗਾ ਜਾਂ ਨਾ ਹੋਵੇਗਾ, ਇਹ ਕਰਨਾ ਕੀਤਾ ਕਿ ਸ਼੍ਰੀ ਰਾਮ ਚੰਦਰ ਜੀ ਨੇ ਕੇਸੀ ਇਸ਼ਨਾਨ ਕੀਤਾ, ਅਤੇ ਨਾਲ ਹੀ ਜਿਹੜਾ ਬੋੜ ਦਾ ਜਿਹੜਾ ਦੁੱਧ ਸੀਗਾ ਉਸ ਨੂੰ ਮੰਗਵਾਇਆ, ਅਤੇ ਮੰਗਵਾ ਕਰਕੇ ਅਨੁਜ ਸਹਿਤ ਸਿਰ ਜਟਾ ਬਣਾਏ ਕਿ ਜਿਹੜੇ ਪਾਵਨ ਪਵਿੱਤਰ ਕੇਸ ਸਨ ਉਹਨਾਂ ਦੀਆਂ ਸ਼੍ਰੀ ਰਾਮ ਚੰਦਰ ਜੀ ਨੇ ਸ਼੍ਰੀ ਲਛਮਣ ਜੀ ਦੇ ਸਮੇਤ ਉਹਨਾਂ ਸੁੰਦਰ ਕੇਸਾਂ ਦੀਆਂ ਜਿਹੜੀਆਂ ਜਟਾਵਾਂ ਸਨ ਉਹ ਬਣਾ ਲੈਣਾ ਕੀਤੀਆਂ। ਦੇਖ ਸੁਮੰਤਰ ਨੈਣ ਜਲ ਛਾਏ, ਇਹ ਸੁਮੰਤਰ ਆਪ ਜੀ ਦਾ ਇੱਕ ਮੰਤਰੀ ਸੀਗਾ,
ਉਹ ਦੇਖ ਕਰਕੇ ਉਸ ਦੀਆਂ ਅੱਖਾਂ ਦੇ ਵਿੱਚੋਂ ਪਾਣੀ ਆ ਗਿਆ ਕਿ ਇਹ ਕਿੱਦਾਂ ਦਾ ਮਾਹੌਲ ਅੱਜ ਆ ਬਣਿਆ ਹੈ। ਸੋ ਕਹਿਣ ਤੋਂ ਭਾਵ ਇਹ ਹੈ ਕਿ ਸ਼੍ਰੀ ਰਾਮ ਚੰਦਰ ਜੀ ਦੇ ਜਿਹੜੇ ਪਾਵਨ ਪਵਿੱਤਰ ਕੇਸ ਮੌਜੂਦ ਸਨ, ਹੁਣ ਇੱਥੇ ਸ਼ੰਕਾ ਨਹੀਂ ਕੀਤਾ ਜਾ ਸਕਦਾ ਕਿ ਪਹਿਲਾਂ ਸ਼੍ਰੀ ਰਾਮ ਚੰਦਰ ਜੀ ਦੇ ਕੇਸ ਨਹੀਂ ਹੋਣਗੇ, ਉਹਨਾਂ ਨੇ ਜੰਗਲ ਜਾਣ ਵੇਲੇ ਜਟਾਂ ਬਣਾਈਆਂ, ਪਰ ਜਿਹੜੀਆਂ ਜਟਾਂ ਨੇ ਆਖਰ ਉਹ ਬਣਨੀਆਂ ਤਾਂ ਕੇਸਾਂ ਦੀਆਂ ਸਨ, ਅਤੇ ਕੇਸ ਕੋਈ ਇੱਦਾਂ ਨਹੀਂ ਹਨ ਕਿ ਜਿਹੜੇ 2-4 ਦਿਨਾਂ ਵਿੱਚ ਆ ਜਾਣਗੇ। ਸੋ ਇਸ ਤੋਂ ਸਾਬਤ ਇਹੀ ਹੁੰਦਾ ਹੈ ਕਿ ਸ਼੍ਰੀ ਰਾਮ ਚੰਦਰ ਜੀ ਨੇ ਵੀ ਆਪਣੇ ਕੇਸਾਂ ਦੀ ਬੜੀ ਪ੍ਰੇਮ ਪੂਰਵਕ ਜਿਹੜੀ ਸੰਭਾਲ ਹੈ ਉਹ ਕਰਕੇ ਰੱਖੀ ਸੀ। ਹਨੂੰਮਾਨ ਨਾਟਕ ਦੇ ਅੰਦਰ ਵੀ ਬਚਨ ਆਉਂਦੇ ਹਨ ਕਿ ਰਾਜ ਸਮਾਜ ਉਤਾਰ ਸਭੈ ਰਗ ਰਾਜ ਕਹੀ ਅਬ ਹੈ ਸਭ ਫੀਕੋ, ਕਿ ਸ਼੍ਰੀ ਰਾਮ ਚੰਦਰ ਜੀ ਨੇ ਆਖਿਆ ਕਿ ਹੁਣ ਜਦੋਂ ਬਨਵਾਸ ਜਾਣਾ ਸੰਭਵ ਹੀ ਹੋ ਗਿਆ ਹੈ ਅਤੇ ਇਹ ਜਿਹੜੇ ਰਾਜ ਮਹਿਲ ਹਨ, ਸਾਜੋ ਸਮਾਨ ਹੈ, ਇਹ ਸਭ ਪ੍ਰਕਾਰ ਫਿੱਕਾ ਹੈ। ਲੈ ਬਟ ਦੂਧ ਬਣਾਏ ਜਟਾ ਸਿਰ ਬੀਰ ਹੈ ਬੀਰ ਬਨਾਵਤ ਨੀਕੋ। ਉਹ ਸੂਰਮੇ ਦੀ ਜਿਹੜੀ ਭਾਵਨਾ ਨੂੰ ਅੱਗੇ ਰੱਖ ਕਰਕੇ, ਸੂਰਮਤਾਈ ਦੀ ਭਾਵਨਾ ਨੂੰ ਵੇਖ ਕਰਕੇ ਸ਼੍ਰੀ ਰਾਮ ਚੰਦਰ ਜੀ ਨੇ ਲੈ ਬਟ ਦੂਧ ਬਣਾਏ ਜਟਾਂ, ਕਿ ਜਿਹੜਾ ਬੋੜ ਦਾ ਜਿਹੜਾ ਦੁੱਧ ਸੀ ਉਸ ਨੂੰ ਲੈ ਕਰਕੇ ਆਪਣੇ ਸੁੰਦਰ ਕੇਸਾਂ ਦੀਆਂ ਜਿਹੜੀਆਂ ਜਟਾਂ ਸਨ ਉਹ ਬਣਾ ਲੈਣਾ ਕੀਤੀਆਂ। ਤੁਲਸੀਦਾਸ ਜੀ ਨੇ ਇੱਕ ਜਗ੍ਹਾ ਹੋਰ ਬੜੇ ਸੁੰਦਰ ਬਚਨ ਆਖੇ ਹਨ ਕਿ ਚਿਕਨ ਕਰ ਕੁੰਚਿਤ ਗਭੁਆਰੇ ਬਹੁ ਪ੍ਰਕਾਰ ਰਚ ਮਾਤ ਸਵਾਰੇ, ਕਿ ਸ਼੍ਰੀ ਰਾਮ ਚੰਦਰ ਜੀ ਦੇ ਮਾਤਾ ਜੀ ਇਹਨਾਂ ਦੇ ਜਿਹੜੇ ਕੇਸ ਹਨ ਉਹਨਾਂ ਨੂੰ ਬੜੇ ਹੀ ਘੁੰਘਰਾਲੇ ਜਿਹੜੇ ਵਾਲ ਸਨ, ਕੇਸ ਸਨ, ਅਤੇ ਬੜੇ ਭਾਰੇ ਜਿਹੜੇ ਕੇਸ ਉਹ ਸ਼੍ਰੀ ਰਾਮ ਚੰਦਰ ਜੀ ਦੇ ਸਨ, ਬਹੁ ਪ੍ਰਕਾਰ ਰਚ ਮਾਤ ਸਵਾਰੇ, ਅਤੇ ਆਪ ਜੀ ਦੀ ਮਾਤਾ ਬੜੇ ਹੀ ਤਰੀਕੇ ਦੇ ਨਾਲ ਉਹਨਾਂ ਦਾ ਜਿਹੜਾ ਜੂੜਾ ਹੈ, ਉਹਨਾਂ ਦੀ ਜਿਹੜੀ ਸੰਭਾਲ ਹੈ ਉਹ ਕਰਿਆ ਕਰਦੀ ਸੀ। ਸੋ ਇਸ ਲਈ ਕਹਿਣ ਤੋਂ ਭਾਵ ਆਖਰ ਇਹੀ ਹੈ ਕਿ ਜਿਹੜੇ ਇਹਨਾਂ ਨੂੰ ਮੰਨਣ ਵਾਲੇ ਅੱਜ ਦੇ ਪੈਰੋਕਾਰ ਹਨ ਉਹਨਾਂ ਦੇ ਵੀ ਮਨਾਂ ਦੇ ਵਿੱਚੋਂ ਇਹ ਭਾਵਨਾ ਵਿਸਰ ਗਈ ਹੈ, ਕਿਉਂਕਿ ਆਖਰ ਜਿਹੜਾ ਪੁੱਤਰ ਹੈ ਉਹ ਪਿਤਾ ਦੇ ਵਾਂਗ ਜੇ ਹੋਵੇ ਤਾਂ ਹੀ ਉਸ ਦੀ ਸੰਸਾਰ ਦੇ ਵਿੱਚ ਸੋਭਾ ਹੁੰਦੀ ਹੈ, ਅਤੇ ਜਿਵੇਂ ਦੇ ਆਪਾਂ ਰਿਸ਼ੀ ਮੁਨੀਆਂ ਨੂੰ ਮੰਨਦੇ ਹਾਂ, ਜਿਵੇਂ ਦੀ ਉਹਨਾਂ ਦੀ ਪੂਜਾ ਕਰਦੇ ਹਾਂ, ਉਹਨਾਂ ਦੇ ਵਰਗੇ ਹੋਣਾ ਬਹੁਤ ਜ਼ਰੂਰੀ ਹੈ। ਸੋ ਇਸ ਲਈ ਇੱਕ ਜਗ੍ਹਾ ਹਨੂੰਮਾਨ ਨਾਟਕ ਦੇ ਵਿੱਚ ਹੋਰ ਬੜਾ ਪਿਆਰਾ ਜ਼ਿਕਰ ਆਉਂਦਾ ਹੈ ਕਿ ਕਹੋ ਬਾਂਧ ਡਾਰੋਂ ਕਹੋ ਦੇਸ਼ 'ਤੇ ਨਿਕਾਰੋਂ ਕਹੋ ਬਾਰਦ ਉਤਾਰੋਂ ਕਹੋ ਜੂਰਾ ਕਾਟ ਲੀਜੀਏ। ਇਹ ਜਿਹੜੇ ਬਚਨ ਹਨ ਇਹ ਉਸ ਵੇਲੇ ਦੇ ਨੇ ਜਿਸ ਵੇਲੇ ਜਿਹੜਾ ਰਿਸ਼ੀ ਜਮਦਗਨ ਦੀ ਆਪਾਂ ਇੱਕ ਦਿਨ ਸਾਖੀ ਸੁਣੀ ਸੀ, ਤਾਂ ਉਸ ਵੇਲੇ ਕੀ ਹੋਇਆ ਕਿ ਇਹ ਜਿਹੜਾ ਪਰਸ਼ੂਰਾਮ ਸੀ ਆਪਣੇ ਪਿਤਾ ਦੀ ਮੌਤ ਦਾ ਬਦਲਾ ਲੈਣ ਦੇ ਲਈ ਇਸ ਨੇ 21 ਵਾਰ ਜਿਹੜੇ ਛੱਤਰੀ ਸਨ ਉਹਨਾਂ ਨੂੰ ਖਤਮ ਕੀਤਾ ਅਤੇ ਉਹਨਾਂ ਦੇ ਖੂਨ ਦੇ ਵਿੱਚ ਨਹਾ ਕਰਕੇ ਖੂਨ ਦਾ ਤਲਾਬ ਭਰ ਲੈਂਦਾ ਸੀ ਅਤੇ ਵਿੱਚ ਨਹਾ ਕੇ ਸ਼ਾਂਤੀ ਪ੍ਰਾਪਤ ਕਰਦਾ ਸੀ। ਪਰ ਜਿਸ ਵੇਲੇ ਸ਼੍ਰੀ ਰਾਮ ਚੰਦਰ ਜੀ ਨੇ ਸੀਤਾ ਨੂੰ ਹਰਨ ਵਾਸਤੇ, ਸੀਤਾ ਦੇ ਨਾਲ ਵਿਆਹ ਕਰਾਉਣ ਦੇ ਲਈ ਜਦੋਂ ਤੀਰ ਕਮਾਨ ਤੋੜਿਆ ਸੀ, ਤਾਂ ਉਸ ਵੇਲੇ ਇੰਨੀ ਭਾਰੀ ਆਵਾਜ਼ ਆਈ, ਇਸ ਪਰਸ਼ੂਰਾਮ ਨੇ ਆਖਿਆ ਕਿ ਮੈਂ ਤਾਂ ਛੱਤਰੀ ਖਤਮ ਕਰ ਦਿੱਤੇ ਸਨ, ਹੁਣ ਕਿਹੜਾ ਇਹ ਛੱਤਰੀ ਨਵਾਂ ਜੰਮ ਪਿਆ ਹੈ। ਅਤੇ ਜਦੋਂ ਪਰਸ਼ੂਰਾਮ ਇਹਨਾਂ ਨੂੰ ਮਾਰਨ ਦੇ ਵਾਸਤੇ ਤੁਰਿਆ ਕਿ ਕਿਹੜਾ ਛੱਤਰੀ ਨਵਾਂ ਆਇਆ ਹੈ, ਅਤੇ ਜਾਂਦਿਆਂ ਜਾਂਦਿਆਂ ਰਸਤੇ ਵਿੱਚ ਜਦੋਂ ਮੁਲਾਕਾਤ ਹੋਈ
ਤੇ ਆਪ ਜੀ ਦੇ ਭਰਾਤਾ ਲਛਮਣ ਨੇ ਇਸ ਪਰਸ਼ੂਰਾਮ ਨੂੰ ਫੜ ਲੈਣਾ ਕੀਤਾ ਤੇ ਫੜ ਕੇ ਸ਼੍ਰੀ ਰਾਮ ਚੰਦਰ ਜੀ ਨੂੰ ਸੰਬੋਧਨ ਹੋ ਕੇ ਆਖਿਆ ਕਿ ਕਹੋ ਬਾਂਧ ਡਾਰੋ ਕਹੋ ਦੇਸ਼ ਤੇ ਨਿਕਾਰੋ। ਕਹਿੰਦੇ ਕਿ ਤੁਸੀਂ ਆਗਿਆ ਦੇਵੋ ਕਿ ਇਹਨਾਂ ਨੂੰ ਬੰਨ ਲਵਾਂ ਜਾਂ ਇਹਨਾਂ ਨੂੰ ਦੇਸ਼ ਨਿਕਾਲਾ ਦੇ ਦੇਵਾਂ, ਕਹੋ ਬਾਰਦ ਉਤਾਰੋ ਜਾਂ ਇਹਨਾਂ ਦੀਆਂ ਜਿਹੜੀਆਂ ਬਾਹਾਂ ਹਨ ਉਹ ਮੈਂ ਕੱਟ ਦੇਵਾਂ, ਕਹੋ ਜੂਰਾ ਕਾਟ ਲੀਜੀਏ। ਜੇ ਤੁਸੀਂ ਆਗਿਆ ਕਰੋ ਤੇ ਜਾਂ ਫਿਰ ਇਹਨਾਂ ਦਾ ਜਿਹੜਾ ਜੂੜਾ ਹੈ ਕੇਸ ਹੈ ਉਹ ਕੱਟ ਲੈਣਾ ਕਰੀਏ। ਪੁਰਾਣੇ ਸਮੇਂ ਦੇ ਅੰਦਰ ਜੇ ਕਿਸੇ ਨੂੰ ਮੌਤ ਤੋਂ ਵੱਡੀ ਸਜ਼ਾ ਦੇਣੀ ਹੁੰਦੀ ਸੀ ਤਾਂ ਉਸ ਸਮੇਂ ਉਸ ਦੇ ਪਾਵਨ ਪਵਿੱਤਰ ਕੇਸ ਕੱਟੇ ਜਾਂਦੇ ਸਨ। ਅਤੇ ਉਹੀ ਇੱਥੇ ਦੇਖੋ ਤੀਸਰੇ ਬਚਨ ਸ਼੍ਰੀ ਚੌਥੇ ਬਚਨ ਸ਼੍ਰੀ ਲਛਮਣ ਜੀ ਨੇ ਆਖੇ ਹਨ ਕਿ ਪਹਿਲਾਂ ਆਖਿਆ ਹੈ ਕਿ ਇਹਨਾਂ ਨੂੰ ਬੰਨ ਕੇ ਮੁਸ਼ਕਾਂ ਨੂੰ ਇਹਨਾਂ ਨੂੰ ਕੁੱਟਿਆ ਜਾਵੇ ਮਾਰਿਆ ਜਾਵੇ ਜਾਂ ਇਹਨਾਂ ਨੂੰ ਦੂਸਰੀ ਸਜ਼ਾ ਇਹ ਦਿੱਤੀ ਜਾਵੇ ਕਿ ਦੇਸ਼ ਨਿਕਾਲਾ ਦੇ ਦਿੱਤਾ ਜਾਵੇ ਜਾਂ ਤੀਸਰੀ ਸਜ਼ਾ ਇਹ ਦਿੱਤੀ ਜਾਵੇ ਕਿ ਇਹਨਾਂ ਦੀਆਂ ਬਾਹਾਂ ਕੱਟ ਦਿੱਤੀਆਂ ਜਾਣ ਜਾਂ ਫਿਰ ਚੌਥੀ ਸਭ ਤੋਂ ਵੱਡੀ ਸਜ਼ਾ ਜਿਹੜੀ ਮੌਤ ਤੋਂ ਵੀ ਜ਼ਿਆਦਾ ਹੈ ਕਿ ਇਹਨਾਂ ਦੇ ਸਿਰ ਦੇ ਉੱਪਰੋਂ ਜਿਹੜੇ ਕੇਸ ਹਨ ਉਹਨਾਂ ਨੂੰ ਕੱਟ ਲਿਆ ਜਾਵੇ। ਕਹਿਣ ਤੋਂ ਭਾਵ ਇਹ ਹੈ ਕਿ ਅੱਜ ਅਸੀਂ ਅੱਜ ਦੇ ਸਮੇਂ ਦੇ ਵਿੱਚ ਬੜੀ ਸ਼ਾਨੋ ਸ਼ੌਕਤ ਦੇ ਨਾਲ ਕੇਸ ਕਟਵਾ ਕੇ ਮਾਣ ਮਹਿਸੂਸ ਕਰਦੇ ਪਏ ਹਾਂ, ਪਰ ਅਸਲ ਦੇ ਵਿੱਚ ਇਹ ਸਾਰੇ ਧਰਮਾਂ ਦੇ ਵਾਸਤੇ ਗੁਰਸਿੱਖਾਂ ਦੇ ਲਈ ਵਿਸ਼ੇਸ਼ ਕਰਕੇ ਬੜੀ ਨਮੋਸ਼ੀ ਦੀ ਗੱਲ ਹੈ ਕਿ ਅਸੀਂ ਗੁਰੂ ਕੀ ਮੋਹਰ ਕਟਵਾ ਕਰਕੇ ਗੁਰੂ ਤੋਂ ਬੇਮੁਖ ਹੋ ਕਰਕੇ ਫਿਰ ਵੀ ਸ਼ਾਨੋ ਸ਼ੌਕਤ ਦੇ ਨਾਲ ਜੀ ਰਹੇ ਹਾਂ। ਪੁਰਾਣੇ ਸਮੇਂ ਦੇ ਅੰਦਰ ਜੇ ਕਿਸੇ ਰਿਸ਼ੀ ਮੁਨੀ ਦੇ ਕੇਸ ਕੱਟ ਦਿੱਤੇ ਜਾਂਦੇ ਸਨ ਜਾਂ ਤਾਂ ਉਹ ਨਗਰ ਉਹ ਸ਼ਹਿਰ ਛੱਡ ਕੇ ਚਲਾ ਜਾਂਦਾ ਸੀ ਜਾਂ ਉਹ ਲੱਜਾ ਦੇ ਨਾਲ ਸ਼ਰਮਸਾਰ ਹੋ ਕੇ ਆਖਰ ਮਰ ਹੀ ਜਾਂਦਾ ਸੀ, ਇੰਨਾ ਮਾੜਾ ਸਮਝਿਆ ਜਾਂਦਾ ਸੀ। ਪਰ ਅੱਜ ਦੇ ਸਮੇਂ ਦੇ ਵਿੱਚ ਹਾਲਾਤ ਕੁਝ ਹੋਰ ਬਣੇ ਹੋਏ ਆ। ਇਸ ਤੋਂ ਬਾਅਦ ਜਿੰਨੇ ਵੀ ਮਹਾਂਭਾਰਤ ਪੁਰਾਣੇ ਸਮੇਂ ਦੇ ਅੰਦਰ ਸ਼੍ਰੀ ਰਾਮ ਚੰਦਰ ਜੀ ਦੇ ਵੇਲੇ ਜਿੰਨੇ ਵੀ ਉਹਨਾਂ ਦੇ ਸਮੇਂ ਉਹਨਾਂ ਦੇ ਭਗਤ ਹੋਏ ਆ, ਚਾਹੇ ਉਹ ਹਨੂੰਮਾਨ ਜੀ ਹੋਣ ਚਾਹੇ ਉਹ ਨਲ ਨੀਲ ਅੰਗਦ ਆਦਿਕ ਜਿੰਨੇ ਵੀ ਸੇਵਕ ਹੋਏ ਆ, ਸਾਰਿਆਂ ਦਾ ਹੀ ਹਨੂੰਮਾਨ ਨਾਟਕ ਔਰ ਤੁਲਸੀ ਰਾਮਾਇਣ ਦੇ ਵਿੱਚ ਜ਼ਿਕਰ ਆਉਂਦਾ ਹੈ ਕਿ ਉਹ ਸਭੇ ਦੇ ਸਭੇ ਕੇਸਾਧਾਰੀ ਸਨ। ਉਹਨਾਂ ਤੋਂ ਬਾਅਦ ਜੇ ਆਪਾਂ ਵੱਡਾ ਜ਼ਿਕਰ ਕਰਨਾ ਹੋਵੇ ਤਾਂ ਜਿਹੜੇ ਸ਼ਿਵਜੀ ਹਨ ਜਿਨ੍ਹਾਂ ਨੂੰ ਆਪਾਂ ਭੋਲੇ ਨਾਥ ਆਖਦੇ ਹਾਂ, ਉਹਨਾਂ ਦੀਆਂ ਤਸਵੀਰਾਂ ਤਾਂ ਸਾਨੂੰ ਕੋਈ ਵੀ ਇੱਦਾਂ ਦੀ ਨਹੀਂ ਮਿਲੇਗੀ ਜਿਸ ਦੇ ਵਿੱਚ ਉਹਨਾਂ ਦੇ ਸੁੰਦਰ ਕੇਸ ਨਾ ਸੋਭਦੇ ਹੋਣ। ਸੋ ਗੱਲ ਸਮਝਣ ਔਰ ਮੰਨਣ ਦੀ ਹੈ, ਵਿਚਾਰਨ ਦੀ ਹੈ ਕਿ ਚਾਹੇ ਅਸੀਂ ਕਿਸੇ ਵੀ ਰਿਸ਼ੀ ਮੁਨੀ ਨੂੰ ਮੰਨਣ ਵਾਲੇ ਹੋਈਏ, ਗੁਰੂ ਸਾਹਿਬਾਨ ਜੀ ਨੂੰ ਮੰਨਣ ਵਾਲੇ ਹੋਈਏ, ਮਨੁੱਖ ਦਾ ਇਹ ਪਹਿਲਾ ਮੁੱਢਲਾ ਫਰਜ਼ ਬਣਦਾ ਹੈ ਕਿ ਅਸੀਂ ਆਪਣੇ ਰਿਸ਼ੀ ਮੁਨੀਆਂ ਨੂੰ ਯਾਦ ਕਰਦੇ ਹੋਏ ਉਹਨਾਂ ਦੇ ਵਰਗੇ ਜ਼ਰੂਰ ਬਣੀਏ। ਇਸ 19ਵੀਂ ਸਦੀ ਦੇ ਅੰਦਰ ਜਿਹੜੇ ਮਹਾਨ ਦਾਰਸ਼ਨਿਕ ਆਚਾਰਿਆ ਰਾਜਨੀਤੀ ਦੇ ਸਭ ਧਰਮਾਂ ਨੂੰ ਵਿਚਾਰਨ ਵਾਲੇ ਸਭ ਪ੍ਰਕਾਰ ਕਰਕੇ ਵਿਸ਼ੇਸ਼ ਵਿਚਾਰ ਦੇਣ ਵਾਲੇ ਜਿਹੜੇ ਰਜਨੀਸ਼ ਓਸ਼ੋ ਹੋਇਆ ਹੈ, ਚਾਹੇ ਉਸ ਦਾ ਕਿਸੇ ਧਰਮ ਵਿਸ਼ੇਸ਼ ਦੇ ਨਾਲ ਕੋਈ ਲੈਣਾ ਦੇਣਾ ਨਹੀਂ ਵੀ ਸੀ, ਪਰ ਦੇਖੋ ਉਸ ਦੇ ਵੀ ਸੁੰਦਰ ਜਿਹੜੇ ਕੇਸ ਦਾੜਾ ਸੀ ਉਹ ਪ੍ਰਕਾਸ਼ਵਾਨ ਸੀ। ਉਹ ਆਖਦਾ ਸੀ ਕਿ ਇਹ ਪਰਮੇਸ਼ਰ ਦੀ ਇੱਕ ਅਮੁੱਲੀ ਦਾਤ ਹੈ, ਇਸ ਨੂੰ ਕਟਵਾ ਕੇ ਪਰਮੇਸ਼ਰ ਤੋਂ ਮਨਮੁੱਖ ਹੋਣ ਵਰਗਾ ਹੈ।
कि जिवें परमेशर ने सानू कोई बड़ी वड्डी वडमुली दात दित्ती होवे ते असी उस नूं कटवा के परां सुट देईए, इह उदां दा वाकिया है। ते उही गल बाकी रिशी मुनियां दी है कि चाहे कोई चंगा सी चाहे कोई माड़ा सी, पावन गुरबाणी दे अंदर चाहे कंस वर्गियां दा जिहड़ा जिक्र है ओ माड़े पुरशां दे विच आया है, जिस दा जिक्र आपां अगे करके करांगे, पर ओह वी आखर जिहड़े केसा धारी होए आ। सो कहण तो भाव इह है कि आखर सानू इन्हां रिशी मुनियां नूं वी याद करदिआं होइआं जिहड़े इन्हां नूं मन्नण वाले इन्हां दे पैरोकार भगत हन उन्हां नूं वी दसणा चाहीदा है कि भाई तुसीं वी इह गल समझना करो कि केस कल्ले गुरसिखां दे नहीं हुंदे, इह इक मनुख शरीर दा इक अंग है। सो रहाओ विचार, दूसरे जिहड़े महान अवतार श्री कृष्ण जी दा जिक्र आउंदा है, जिन्हां नूं श्री रामचंद्र जी तों वध उन्हां दी पूजा इस भारत वर्ष दे विच कीती जांदी है, ते उन्हां दा जिक्र आउंदा है। ते भगत सूरदास जी ने कवि रूप हो करके उन्हां दे प्यारे बचन एक कविता रूप दे विच अंकित कीते हन कि श्री कृष्ण जी अपनी माता नूं बड़े प्रेम दे नाल ई आखदे हुंदे सन कि मैया मेरी कभी बढ़ेगी चोटी, कि ये जिहड़े केसां दी मेरी चोटी है ये कदों वधेगी, किती बार मोहे दूध पीवत भई इह अजहू है छोटी। कहिंदे कि मैं बहुत समा हो गया है बड़ा दुध पीना हाँ, पर फिर भी ये हजे छोटी दी छोटी है, तू जो कहती बल की बेनी ज्यों हुए है लांबी मोटी, काढ़त गूहत नहावत पौशत नागन सी भूए लोटी। कि तू आखदी है कि ਇਹ ਤਾਂ ਇੰਨੇ ਲੰਬੇ ਕੇਸ ਹੋ ਜਾਣਗੇ ਕਿ ਆਖਰ ਤੇਰੇ ਖੜਿਆਂ ਹੋਇਆਂ ਧਰਤੀ ਦੇ ਉੱਪਰ ਲੱਗਿਆ ਕਰਨਗੇ, ਕਾਚੋ ਦੁੱਧ ਪਿਆਵਤ ਪਚ ਪਚ ਦੇਤ ਨਾ ਮੱਖਣ ਰੋਟੀ। ਕਹਿੰਦੇ ਕਿ ਤੂੰ ਮੈਨੂੰ ਘਰ ਦਾ ਜਿਹੜਾ ਮੱਖਣ ਹੈ ਉਹ ਨਹੀਂ ਦਿੰਦੀ, ਮੈਨੂੰ ਚੋਰੀ ਕਰਕੇ ਖਾਣਾ ਪੈਂਦਾ, ਸ਼ਾਇਦ ਤਾਂ ਕਰਕੇ ਮੇਰੇ ਕੇਸ ਨਹੀਂ ਵੱਧ ਰਹੇ। ਆਮ ਕਰਕੇ ਸ਼੍ਰੀ ਕ੍ਰਿਸ਼ਨ ਜੀ ਨੂੰ ਮੰਨਣ ਵਾਲੇ ਆਪਣੇ ਮੁਖਾਰ ਬਿੰਦ ਤੋਂ ਇਹ ਪ੍ਰੇਮ ਭਰੇ ਬਚਨ ਆਖਦੇ ਹੁੰਦੇ ਆ ਕਿ ਬੰਸੀ ਵਾਲੇ ਆਓ ਹਮਾਰੇ ਦੇਸ, ਤੇਰੀ ਸੋਹਣੀ ਸੂਰਤ ਲਾਂਬੇ ਕੇਸ। ਸ਼੍ਰੀ ਕ੍ਰਿਸ਼ਨ ਜੀ ਵੀ ਆਖਰ ਕੇਸਾ ਧਾਰੀ ਹੋਏ ਆ। ਜਦੋਂ ਆਪਾਂ ਪਾਵਨ ਹਿੰਦੂ ਮਤ ਦੇ ਗ੍ਰੰਥਾਂ ਨੂੰ ਪੜ੍ਹ ਕੇ ਵਿਚਾਰ ਕੇ ਵੇਖਦੇ ਹਾਂ ਤਾਂ ਉਹਨਾਂ ਦੇ ਵਿੱਚ ਸ਼੍ਰੀ ਮਦ ਭਾਗਵਤ ਦੇ ਅੰਦਰ ਵੀ ਜ਼ਿਕਰ ਆਉਂਦਾ ਹੈ ਕਿ ਸਥਿਤ ਪ੍ਰਗਸਤਯ ਕਾ ਭਾਸ਼ਾ ਸਮਾਧੀ ਸਥਸਯ ਕੇਸ਼ਵ। ਇਸ ਦਾ ਕੀ ਅਰਥ ਭਾਵ ਹੈ ਕਿ ਜਿਹੜਾ ਪਾਵਨ ਗੁਰਬਾਣੀ ਦੇ ਅੰਦਰ ਵੀ ਆਪਾਂ ਕੇਸ਼ਵ ਸ਼ਬਦ ਵਰਤਦੇ ਹਾਂ, ਇੱਕ ਬੜਾ ਮਹਾਨ ਵਿਦਵਾਨ ਪਾਨਣੀ ਰਿਸ਼ੀ ਹੋਇਆ ਹੈ, ਉਸਨੇ ਇੱਕ ਗ੍ਰੰਥ ਅਸ਼ਟਾਧਿਆਈ ਲਿਖਿਆ ਹੈ ਜਿਸ ਨੂੰ ਹਿੰਦੂ ਸਮਾਜ ਦੇ ਅੰਦਰ ਸਭ ਤੋਂ ਔਖਾ ਜਿਹੜਾ ਗ੍ਰੰਥ ਹੈ ਉਹ ਮੰਨਿਆ ਜਾਂਦਾ ਹੈ। ਇਹ ਵਿਆਕਰਨ ਦਾ ਗ੍ਰੰਥ ਹੈ। ਇਸ ਦੇ ਅੰਦਰ ਜਿਹੜਾ ਕੇਸ਼ਵ ਸ਼ਬਦ ਦਾ ਉਹ ਅਰਥ ਕਰਦੇ ਹੋਏ ਲਿਖਦੇ ਹਨ ਕਿ ਕੇਸ਼ ਵਾ ਭਾਵ ਜਿਹੜਾ ਵਾ ਸ਼ਬਦ ਹੈ ਇਹ ਪ੍ਰਤਿਆਹਾਰ ਹੈ, ਇਹ ਵੈਸੇ ਹੀ ਸ਼ਬਦ ਮਗਰ ਲੱਗਿਆ ਹੈ। ਪ੍ਰਤਿਆਹਾਰ ਉਸ ਨੂੰ ਆਖਿਆ ਜਾਂਦਾ ਹੈ ਕਿ ਜਿਹੜਾ ਕਿਸੇ ਸ਼ਬਦ ਦੇ ਮਗਰ ਲੱਗ ਕੇ ਉਸ ਦੀ ਪੂਰਤੀ ਨੂੰ ਪੂਰਾ ਕਰੇ। ਉਸ ਦੇ ਲਈ ਇਹ ਬਚਨ ਆਏ ਹਨ ਕਿ ਕੇਸ਼ਾਦ ਵਾ, ਅਸਲੀ ਸ਼ਬਦ ਹੈ ਕੇਸ ਅਤੇ ਵਾ ਜਿਹੜਾ ਮਗਰ ਲੱਗਿਆ ਹੈ ਉਹ ਪ੍ਰਤਿਆਹਾਰ ਹੈ। ਭਾਵ ਇਸ ਦਾ ਕੀ ਹੈ ਕਿ ਜਿਸ ਦੇ ਸੋਹਣੇ ਕੇਸ ਹੋਣ
ਉਸ ਨੂੰ ਆਖਿਆ ਜਾਂਦਾ ਹੈ ਕੇਸ਼ਵ। ਅਤੇ ਉਹੀ ਜਿਹੜੇ ਬਚਨ ਸ੍ਰੀ ਮੱਧ ਭਾਗਵਤ ਆਖਦੀ ਹੈ ਕਿ ਉਹ ਜਿਹੜਾ ਸੁੰਦਰ ਸੋਹਣੇ ਕੇਸਾਂ ਵਾਲਾ ਹੈ ਉਸ ਨੂੰ ਸੰਬੋਧਨ ਕਰਦਿਆਂ ਹੋਇਆਂ ਇਹ ਬਚਨ ਆਖੇ ਜਾ ਰਹੇ ਹਨ। ਸ਼੍ਰੀ ਅਰਜੁਨ ਜੀ ਨੇ ਇਹ ਬਚਨ ਆਖੇ ਹਨ ਸ਼੍ਰੀ ਮੱਧ ਭਾਗਵਤ ਗੀਤਾ ਦੇ ਵਿੱਚ ਕਿ ਹੇ ਕੇਸਾਂ ਵਾਲੇ ਸ਼੍ਰੀ ਕ੍ਰਿਸ਼ਨ, ਦੱਸਣਾ ਕਰੋ ਕਿ ਉਹ ਸਮਾਧੀ ਦੇ ਵਿੱਚ ਸਥਿਤ ਹੋਣ ਵਾਲਾ ਜਿਹੜਾ ਮਨੁੱਖ ਹੈ ਉਸ ਦੇ ਲੱਛਣ ਕੈਸੇ ਹੁੰਦੇ ਆ। ਸੋ ਰਹਾਉ ਵਿਚਾਰ ਕਹਿਣ ਤੋਂ ਭਾਵ ਇਹ ਹੈ ਕਿ ਸ਼੍ਰੀ ਰਾਮ ਚੰਦਰ ਜੀ ਔਰ ਸ਼੍ਰੀ ਕ੍ਰਿਸ਼ਨ ਜੀ ਦਾ ਪ੍ਰਤੱਖ ਰੂਪ ਦੇ ਅੰਦਰ ਸਾਨੂੰ ਇਤਿਹਾਸ ਬਚਨ ਪੜ੍ਹਨ ਦੇ ਲਈ ਮਿਲਦੇ ਹਨ ਕਿ ਉਹ ਸੰਪੂਰਨ ਕੇਸਾਧਾਰੀ ਸਨ। ਸ਼੍ਰੀ ਮੱਧ ਭਾਗਵਤ ਦੇ ਅੰਦਰ ਤਾਂ ਇੱਥੋਂ ਤੱਕ ਵੀ ਜ਼ਿਕਰ ਆਉਂਦਾ ਹੈ, ਇੱਕ ਗੁਰਸਿੱਖ ਨੇ ਪੰਜਾਬੀ ਦਾ ਅਨੁਵਾਦ ਇਸ ਦਾ ਕੀਤਾ ਸੀ, ਉਸ ਦੇ ਵਿੱਚ ਜ਼ਿਕਰ ਆਉਂਦਾ ਹੈ ਕਿ ਬ੍ਰਹਮਚਾਰੀ ਕਾ ਇਹ ਧਰਮ ਹੈ ਕਿ ਮਾਤਾ ਪਿਤਾ ਕੀ ਆਗਿਆ ਮੈਂ 20 ਵਰਸ਼ ਕੀ ਅਵਸਥਾ ਤੱਕ ਗੁਰੂ ਕੇ ਘਰ ਰਹੇ, ਕਿ ਮਾਤਾ ਪਿਤਾ ਦੀ ਆਗਿਆ ਦੇ ਨਾਲ ਜਿਹੜਾ ਬੱਚਾ ਹੈ ਘੱਟੋ ਘੱਟ ਜਿਹੜਾ 20-25 ਸਾਲ ਦੀ ਉਮਰ ਹੈ ਉਹ ਗੁਰੂ ਕੁੱਲ ਵਿਦਿਆਲਿਆਂ ਦੇ ਵਿੱਚ ਗੁਜ਼ਾਰੇ, ਏਕ ਚਿੱਤ ਹੋ ਕਰ ਉਨਤੀ ਸੇਵਾ ਕਰੇ, ਕਿ ਉਹਨਾਂ ਦੀ ਭਾਵਨਾ ਦੇ ਨਾਲ ਜਿਹੜੀ ਸੇਵਾ ਹੈ ਉਹ ਕਰਨਾ ਕਰੇ, ਸੇਵਾ ਕੋ ਪੜ੍ਹਨੇ ਸੇ ਅੱਛਾ ਸਮਝੇ। ਇਹ ਵੀ ਬੜੀ ਗੱਲ ਜ਼ਿਕਰ ਯੋਗ ਹੈ ਕਿ ਜਿਹੜੀ ਅਸੀਂ ਪੜ੍ਹਾਈ ਵਿੱਦਿਆ ਸਿੱਖਦੇ ਹਾਂ ਉਸ ਦੇ ਨਾਲੋਂ ਜਿਹੜੀ ਸੇਵਾ ਹੈ ਇਸ ਦਾ ਵਧੇਰੇ ਜਿਹੜਾ ਫਲ ਹੈ, ਕਿਉਂਕਿ ਸੇਵਾ ਦੇ ਨਾਲ ਹੀ ਜਿਹੜੀ ਪੜ੍ਹਾਈ ਹੈ ਉਹ ਸਫਲ ਹੁੰਦੀ ਹੈ। ਅਤੇ ਨਾਲ ਇਹ ਬਚਨ ਆਖੇ ਹਨ ਕਿ ਜਟਾਂ ਸਿਰ ਪਰ ਰੱਖੇ, ਸਿਰ ਅਰ ਦਾੜੀ ਕਾ ਵਾਲ ਕਭੀ ਨਾ ਮਨਾਵੇ, ਕਿਸੇ ਵੀ ਅੰਗ ਕਾ ਵਾਲ ਕਭੀ ਨਾ ਮਨਾਵੇ। ਚਲੋ ਆਪਾਂ ਮੰਨ ਲੈਂਦੇ ਹਾਂ ਕਿ ਇਹ ਸਤਿਗੁਰੂ ਸਾਹਿਬਾਨ ਜੀ ਨੇ ਸਾਨੂੰ ਪਾਵਨ ਸਿੱਖਿਆਵਾਂ ਦਿੱਤੀਆਂ ਨੇ ਕਿ ਭਾਈ ਗੁਰਸਿੱਖੋ ਕੇਸਾਧਾਰੀ ਬਣੋ, ਪਰ ਇਹਨਾਂ ਦੇ ਜਿਹੜੇ ਧਰਮ ਗ੍ਰੰਥ ਹਨ ਉਹਨਾਂ ਦੇ ਅੰਦਰ ਵੀ ਵੱਧ ਤੋਂ ਵੱਧ ਇਹੀ ਜ਼ਿਕਰ ਸਾਨੂੰ ਮਿਲਦਾ ਹੈ ਕਿ ਕੇਸ ਇੱਕ ਸੰਪੂਰਨ ਮਨੁੱਖ ਹੋਣ ਦੀ ਨਿਸ਼ਾਨੀ ਹੈ। ਇੱਕ ਮਹਾਭਾਰਤ ਦੇ ਅੰਦਰ ਇੱਕ ਹੋਰ ਮਹਾਨ ਕਥਾ ਸਾਨੂੰ ਪੜ੍ਹਨ ਸੁਣਨ ਨੂੰ ਮਿਲਦੀ ਹੈ। ਇਸ ਮਹਾਭਾਰਤ ਦੇ ਯੁੱਧ ਦੇ ਵਿੱਚ ਬੜੇ ਬੜੇ ਜਿਹੜੇ ਸੂਰਮੇ ਯੋਧੇ ਜੰਗਾਂ ਦੇ ਵਿੱਚ ਲੜਦੇ ਰਹੇ ਹਨ, ਉਹਨਾਂ ਦੇ ਵਿੱਚੋਂ ਦੋ ਸੂਰਮਿਆਂ ਦਾ ਨਾਮ ਸੀ, ਇੱਕ ਦਾ ਨਾਮ ਸੀ ਭੂਰ ਸ੍ਰਿਵਾ ਅਤੇ ਦੂਸਰੇ ਦਾ ਨਾਮ ਸੀ ਸ਼ਾਂਤ ਕੇ। ਇਹ ਜਿਹੜੇ ਦੋਵੇਂ ਯੋਧੇ ਸਨ, ਸੂਰਮੇ ਸਨ, ਇਹ ਭੂਰ ਸ੍ਰਿਵਾ ਜਿਹੜਾ ਸੀ ਇਹ ਸੋਮਦੱਤ ਦਾ ਪੁੱਤਰ ਸੀ, ਇਹ ਵੀ ਮਹਾਨ ਸੂਰਬੀਰ ਤਾਈ ਦੇ ਨਾਲ ਲੜਦਾ ਹੋਇਆ ਜੰਗ ਦੇ ਮੈਦਾਨ ਦੇ ਵਿੱਚ ਜੂਝਦਾ ਰਿਹਾ ਹੈ। ਅਤੇ ਇੱਕ ਵਾਰ ਐਸਾ ਹੋਇਆ ਕਿ ਇਹ ਜਿਹੜਾ ਭੂਰ ਸ੍ਰਿਵਾ ਸੀ ਇਸ ਨੇ ਮਹਾਭਾਰਤ ਦੇ ਯੁੱਧ ਦੇ ਵਿੱਚ ਦੁਰਯੋਧਨ ਦਾ ਸਾਥ ਦਿੱਤਾ ਅਤੇ ਜੰਗ ਲੜਦਿਆਂ ਲੜਦਿਆਂ ਇਸ ਦਾ ਜਿਹੜਾ ਮੁਕਾਬਲਾ ਉਹ ਸ਼ਾਂਤ ਕੇ ਯੋਧੇ ਦੇ ਨਾਲ ਹੋਇਆ ਕਿ ਜਿਹੜਾ ਪਾਂਡਵਾਂ ਦੇ ਵੱਲ ਅਰਜੁਨ ਦੇ ਵੱਲ ਹੋ ਕੇ ਲੜ ਰਿਹਾ ਸੀ। ਜਦੋਂ ਇਹ ਦੋਵੇਂ ਸੂਰਮੇ ਆਪਸ ਦੇ ਵਿੱਚ ਲੜਦੇ ਹੋਏ ਇਹ ਭੂਰ ਸ੍ਰਿਵਾ ਅਤੇ ਸ਼ਾਂਤ ਕੇ ਲੜਦਿਆਂ ਲੜਦਿਆਂ ਐਸਾ ਹੋਇਆ ਕਿ ਜਿਹੜਾ ਭੂਰ ਸ੍ਰਿਵਾ ਸੀ ਇਸ ਨੇ ਸ਼ਾਂਤ ਕੇ ਦੇ ਸਿਰ ਦੇ ਜਿਹੜੇ ਵਾਲ ਸਨ ਉਹ ਫੜ ਲੈਣਾ ਕੀਤੇ ਅਤੇ ਸ਼੍ਰੀ ਕ੍ਰਿਸ਼ਨ ਨੇ ਆਖਿਆ ਅਰਜੁਨ ਨੂੰ ਕਿ ਉਹ ਸਾਹਮਣੇ ਦੇਖੋ ਸ਼ਾਂਤ ਕੇ ਦੇ ਕੇਸਾਂ ਦੀ ਬੇਅਦਬੀ ਹੋ ਰਹੀ ਹੈ, ਉਸ ਨੂੰ ਰੋਕਣਾ ਕਰੋ। ਅਤੇ ਅਰਜੁਨ ਨੇ ਗੁੱਸੇ ਦੇ ਵਿੱਚ ਆ ਕਰਕੇ ਇਹ ਜਿਹੜਾ ਭੂਰ ਸ੍ਰਿਵਾ ਸੀ ਇਸ ਦੀਆਂ ਜਿਹੜੀਆਂ ਬਾਹਾਂ ਸਨ ਉਹ ਕੱਟ ਦਿੱਤੀਆਂ ਅਤੇ ਉੱਧਰ ਸ਼ਾਂਤ ਕੇ ਨੇ ਇਸ ਦਾ ਜਿਹੜਾ ਸਿਰ ਧੜ ਤੋਂ ਜੁਦਾ ਕਰਕੇ ਧਰਤੀ 'ਤੇ ਸੁੱਟ ਦੇਣਾ ਕੀਤਾ। ਕਹਿਣ ਤੋਂ ਭਾਵ ਇਹ ਹੈ ਕਿ ਕੇਸਾਂ ਨੂੰ ਪੁੱਟਣਾ ਤਾਂ ਦੂਰ ਦੀ ਗੱਲ,
ਸ਼੍ਰੀ ਕ੍ਰਿਸ਼ਨ ਜੀ ਵਰਗੇ ਕੇਸਾਂ ਦੀ ਬੇਅਦਬੀ ਹੁੰਦੀ ਪੁੱਟਦਿਆਂ ਹੋਇਆਂ ਵੀ ਵੇਖ ਨਹੀਂ ਸਕਦੇ। ਪਰ ਅੱਜ ਦੇ ਸਮੇਂ ਦੇ ਅੰਦਰ ਉਹਨਾਂ ਨੇ ਕੇਸ ਤਾਂ ਕੀ ਰੱਖਣੇ ਜਿਹੜੇ ਸਤਿਗੁਰੂ ਸਾਹਿਬਾਨ ਜੀ ਨੇ ਆਪ ਕੇਸਾਂ ਦੇ ਲਈ ਕੁਰਬਾਨੀਆਂ ਦਿੱਤੀਆਂ, ਅਸੀਂ ਉਸ ਤੋਂ ਮੁਨਕਰ ਹੋ ਗਏ ਹਾਂ। ਅਸੀਂ ਮਨ ਘੜਤ ਹਜ਼ਾਰਾਂ ਹੀ ਬਹਾਨੇ ਘੜੀ ਬੈਠੇ ਹਾਂ। ਅਸੀਂ ਬਹਾਨਿਆਂ ਦੀ ਤਾਂ ਇੱਦਾਂ ਲੱਗਦਾ ਹੈ ਕਿ ਜਿਵੇਂ PhD ਕਰ ਲਈ ਹੋਵੇ, ਇੰਨਾ ਅਸੀਂ ਬਹਾਨੇ ਲਾਉਣ ਦੇ ਵਿੱਚ ਪ੍ਰਬਲ ਹੋ ਗਏ ਹਾਂ, ਸ਼ਕਤੀਵਾਨ ਹੋ ਗਏ ਹਾਂ। ਸਾਨੂੰ ਕੋਈ ਇੱਕ ਗੱਲ ਆ ਕੇ ਆਖਦਾ ਹੈ ਅਤੇ ਅਸੀਂ ਉਸ ਦੇ 100 ਬਹਾਨੇ ਸਾਹਮਣੇ ਰੱਖ ਦਿੰਦੇ ਹਾਂ। ਇੱਕ ਦਿਨ ਦਾਸ ਨੇ ਪਹਿਲਾਂ ਵੀ ਜ਼ਿਕਰ ਕੀਤਾ ਸੀ ਕਿ ਆਮ ਕਰਕੇ ਬਹੁਤੇ ਗੁਰਸਿੱਖ ਇਹ ਬਹਾਨਾ ਲਾਉਂਦੇ ਨੇ ਕਿ ਸਾਨੂੰ ਕੰਮ ਕਾਰ ਵੇਲੇ ਕੇਸਾਂ ਦੀ ਸੰਭਾਲ ਨਹੀਂ ਮਿਲਦੀ। ਤੁਸੀਂ ਦੇਖੋ ਕਿ ਸੂਰਮੇ ਯੋਧੇ ਜੇ ਜੰਗਾਂ ਦੇ ਮੈਦਾਨ ਦੇ ਵਿੱਚ ਕੇਸ ਸਾਂਭ ਸਕਦੇ ਹਨ, ਅਤੇ ਸਾਡੇ ਕੋਲ ਸਭ ਤਰ੍ਹਾਂ ਦੀਆਂ ਸੁੱਖ ਸਹੂਲਤਾਂ ਹੋਣ ਦੇ ਬਾਵਜੂਦ ਵੀ ਸਾਨੂੰ ਕੀ ਹੋਇਆ ਹੈ। ਦੂਸਰਾ ਬਹਾਨਾ ਅਸੀਂ ਇਹ ਲਾਉਂਦੇ ਹਾਂ ਕਿ ਸਾਡੇ ਸਿਰ ਦੇ ਉੱਪਰ ਫੋੜੇ ਫਿੰਸੀਆਂ ਹੋ ਗਏ ਸਨ ਤਾਂ ਅਸੀਂ ਕੇਸ ਕਟਾ ਦਿੱਤੇ। ਜਦੋਂ ਸਾਡੇ ਕਿਸੇ ਹੋਰ ਜਗ੍ਹਾ ਕੋਈ ਫੋੜੇ ਫਿੰਸੀਆਂ ਹੁੰਦੇ ਆ, ਫਿਰ ਅਸੀਂ ਲੱਤ ਬਾਂਹ ਕਿਉਂ ਨਹੀਂ ਕਟਾਉਂਦੇ? ਉੱਥੇ ਵੀ ਆਪਾਂ ਹਰ ਜੱਦੋ ਜਹਿਦ ਕੋਸ਼ਿਸ਼ ਕਰਦੇ ਹਾਂ ਕਿ ਇਹ ਜਿਹੜੀ ਬਿਮਾਰੀ ਹੈ ਇਸ ਨੂੰ ਠੀਕ ਕੀਤਾ ਜਾਵੇ। ਸੋ ਇਸ ਪ੍ਰਕਾਰ ਇਹ ਬਹਾਨਿਆਂ ਤੋਂ ਬਚ ਕੇ ਸਾਨੂੰ ਗੁਰੂ ਕੀ ਮਰਿਆਦਾ ਦੇ ਵਿੱਚ ਆਉਣਾ ਚਾਹੀਦਾ ਹੈ। ਇਸ ਦੇ ਨਾਲ ਹੀ ਸਾਡੇ ਉੱਪਰ ਗੁਰੂ ਦੀ ਜਿਹੜੀ ਖੁਸ਼ੀ ਹੈ ਉਹ ਪ੍ਰਾਪਤ ਹੋ ਸਕਦੀ ਹੈ। ਜਿਹੜਾ ਆਪਾਂ ਪਿੱਛੇ ਜ਼ਿਕਰ ਕੀਤਾ ਹੈ ਕਿ ਜਿਹੜਾ ਕੰਸ ਹੋਇਆ ਹੈ, ਭਾਵੇਂ ਕਿ ਇਸ ਦਾ ਜਿਹੜਾ ਕਿਰਦਾਰ ਹੈ ਉਹ ਬਹੁਤਾ ਚੰਗਾ ਨਹੀਂ ਸੀ, ਪਰ ਫਿਰ ਵੀ ਪਾਵਨ ਬਾਣੀ ਦੇ ਅੰਦਰ ਇਸ ਦਾ ਜ਼ਿਕਰ ਆਉਂਦਾ ਹੈ ਕਿ ਕੇਸੀ ਕੰਸ ਮਥਨ ਜਿਨ ਕੀਆ, ਕਿ ਜਿਹੜਾ ਕੇਸਾਂ ਵਾਲਾ ਕੰਸ ਸੀ ਜਿਸ ਸ਼੍ਰੀ ਕ੍ਰਿਸ਼ਨ ਭਗਵਾਨ ਨੇ ਉਸ ਦਾ ਮਲੀਆ ਮੇਟ ਕੀਤਾ। ਸੋ ਕਹਿਣ ਤੋਂ ਭਾਵ ਇਹ ਹੈ, ਦਸਮ ਬਾਣੀ ਵੀ ਇਹ ਬਚਨ ਆਖਦੀ ਹੈ, ਪਕੜ ਕੇਸ ਤੇ ਕੰਸ ਪਛਾਰਾ, ਕਿ ਕੇਸਾਂ ਤੋਂ ਫੜ ਕਰਕੇ ਸ਼੍ਰੀ ਕ੍ਰਿਸ਼ਨ ਜੀ ਨੇ ਉਸ ਨੂੰ ਧੂ ਕੇ ਥੱਲੇ ਸੁੱਟ ਦਿੱਤਾ। ਧਰਮ ਗ੍ਰੰਥਾਂ ਨੂੰ ਜਿੰਨੇ ਵੀ ਅਸੀਂ ਪੜ੍ਹ ਕੇ ਵੇਖ ਲੈਣਾ ਕਰਾਂਗੇ, ਸਾਨੂੰ ਜ਼ਿਕਰ ਮਿਲੇਗਾ ਕਿ ਆਖਰ ਕੇਸ ਇੰਨੇ ਮਹਾਨ ਹਨ। ਇੱਕ ਐਸਾ ਵੀ ਜ਼ਿਕਰ ਮਿਲਦਾ ਹੈ ਕਿ ਜਦੋਂ ਸ਼੍ਰੀ ਕ੍ਰਿਸ਼ਨ ਜੀ ਰੁਕਮਣੀ ਨੂੰ ਲੈ ਕੇ ਆਏ ਸਨ ਅਤੇ ਉਹਨਾਂ ਦਾ ਪਿੱਛਾ ਕਰਦਾ ਹੋਇਆ ਇਹ ਰੁਕਮਣੀ ਦਾ ਜਿਹੜਾ ਭਰਾ ਸੀ ਰੁਕਮਣ, ਇਸ ਨੇ ਜਦੋਂ ਸ਼੍ਰੀ ਕ੍ਰਿਸ਼ਨ ਜੀ ਦੇ ਨਾਲ ਜੰਗ ਕਰਨਾ ਚਾਹਿਆ, ਵਿਰੋਧ ਕੀਤਾ, ਅਤੇ ਸ਼੍ਰੀ ਕ੍ਰਿਸ਼ਨ ਜੀ ਨੇ ਕੀ ਕੀਤਾ ਕਿ ਬੰਧਿਓ ਯਾਹੇ ਕਰੀ ਬੁੱਧ ਥੋਰੀ, ਫਿਰ ਤੁਮ ਇਸਕੀ ਸਗਾਈ ਤੋਰੀ। ਭਾਵ ਸ਼੍ਰੀ ਕ੍ਰਿਸ਼ਨ ਨੇ ਇਹ ਕੀਤਾ ਕਿ ਇਹ ਜਿਹੜਾ ਰੁਕਮਣ ਯੁੱਧ ਦੀ ਭਾਵਨਾ ਲੈ ਕੇ ਆਇਆ ਸੀ, ਇਸ ਦੀਆਂ ਮੁਸ਼ਕਾਂ ਬੰਨ ਕਰਕੇ ਇਸ ਨੂੰ ਆਪਣੇ ਰੱਥ ਦੇ ਨਾਲ ਬੰਨ ਲਿਆ ਕਿ ਤੂੰ ਮੇਰੇ ਨਾਲ ਜੰਗ ਕੀ ਲੜਨਾ ਹੈ, ਤੈਨੂੰ ਤਾਂ ਨੂੜ ਕੇ ਲੈ ਜਾਣਾ ਹੈ। ਅਤੇ ਆਖਰ ਸ਼੍ਰੀ ਕ੍ਰਿਸ਼ਨ ਜੀ ਨੇ ਕੀ ਕੀਤਾ ਕਿ ਉਸ ਦੇ ਜਿਹੜੇ ਕੇਸ ਸਨ ਉਹ ਕਟਵਾ ਦੇਣਾ ਕੀਤੇ, ਭਾਵ ਉਸ ਨੂੰ ਸ਼ਰਮਿੰਦਾ ਕੀਤਾ। ਅਤੇ ਸ਼੍ਰੀ ਕ੍ਰਿਸ਼ਨ ਦੇ ਵੱਡੇ ਭਰਾ ਬਲਦੇਵ ਨੇ ਇਹ ਬਚਨ ਆਖੇ ਕਿ ਪਹਿਲਾਂ ਤਾਂ ਤੂੰ ਉਸ ਨੂੰ ਬੰਨ ਕੇ ਨੂੜ ਕੇ ਲੈ ਆਇਆ, ਫਿਰ ਉਸ ਨੂੰ ਇਹ ਜਿਹੜਾ ਦਾਗ ਹੈ, ਯਦ ਕੁੱਲ ਕੋ ਤੁਮ ਲੀਕ ਲਗਾਈ, ਅਬ ਹਮ ਸੇ ਕੋ ਕਰੇ ਸਗਾਈ। ਕਹਿੰਦੇ ਕਿ ਇਹ ਯਾਦਵਾਂ ਦੀ ਕੁੱਲ ਨੂੰ ਤੁਸੀਂ ਇੱਕ ਦਾਗ ਲਾ ਦੇਣਾ ਕੀਤਾ ਹੈ, ਹੁਣ ਆਪਣੇ ਨਾਲ ਸਗਾਈ ਕੌਣ ਕਰਿਆ ਕਰੇਗਾ? ਭਾਵ ਕੇਸ ਕਟਾਉਣੇ ਇੱਕ ਕੁੱਲ ਨੂੰ ਕਲੰਕ ਲਾਉਣ ਦੇ ਬਰਾਬਰ ਸਮਝਿਆ ਜਾਂਦਾ ਸੀ, ਪਰ ਅੱਜ ਦੇ ਸਮੇਂ ਦੇ ਅੰਦਰ ਅਸੀਂ ਮਾਣ ਮਹਿਸੂਸ ਕਰਦੇ ਹਾਂ। ਸੋ ਇਸ ਪ੍ਰਕਾਰ ਜਦੋਂ ਕੇਸ ਕੱਟੇ ਗਏ ਰੁਕਮਣ ਦੇ, ਤਾਂ ਉਸ ਨੇ ਆਖਿਆ ਕਿ ਹਾਰਿਓ ਉਨਸਿਓ ਔ ਪਤ ਗਈ, ਮੇਰੇ ਮਨ ਅਤ ਲੱਜਾ ਪਈ।
ਕਹਿੰਦੇ ਕਿ ਮੈਂ ਉਹਨਾਂ ਤੋਂ ਹਾਰਨਾ ਤਾਂ ਇੱਕ ਬੰਨੇ ਰਹਿ ਗਿਆ, ਮੇਰੀ ਜੋ ਉਹਨਾਂ ਨੇ ਕੇਸ ਦਾੜਾ ਕੱਟ ਕੇ ਮੇਰੀ ਹਾਲਤ ਮੈਨੂੰ ਲੱਜਿਆ ਵਾਣ ਕੀਤਾ ਹੈ, ਮੇਰੀ ਪਤ ਗਵਾਈ ਹੈ। ਅਬ ਮੇਰੇ ਮਨ ਅਤ ਲੱਜਾ ਪਈ, ਮੈਨੂੰ ਬਹੁਤ ਸ਼ਰਮ ਆ ਰਹੀ ਹੈ। ਧਰਮ ਨਹੀਂ ਕੁੰਦਨਪੁਰ ਜਾਊਂ, ਕਿ ਮੈਂ ਹੁਣ ਇਹ ਜਿਹੜਾ ਕੁੰਦਨਪੁਰ ਇਲਾਕਾ ਹੈ, ਨਗਰ ਹੈ, ਇਸ ਦੇ ਵਿੱਚ ਮੈਂ ਨਹੀਂ ਜਾਣਾ ਕਰਾਂਗਾ, ਵਰਨ ਔਰ ਹੀ ਗਾਮ ਬਣਾਊਂ। ਕਹਿੰਦੇ ਕਿ ਮੈਂ ਆਪਣਾ ਹੋਰ ਇਹ ਯਾਦਵਾਂ ਦੀ ਕੁੱਲ ਦਾ ਮੈਂ ਨਹੀਂ ਕਹਾਵਾਂਗਾ, ਮੈਂ ਆਪਣਾ ਛਤਰੀਆ ਧਰਮ ਛੱਡ ਕੇ ਕੋਈ ਹੋਰ ਵਰਨ ਨੂੰ ਧਾਰਨ ਕਰਾਂਗਾ, ਅਤੇ ਨਾਲੇ ਨਵਾਂ ਮੈਂ ਪਿੰਡ ਵਸਾਵਾਂਗਾ। ਇਹ ਕਹਿ ਉਨ ਇੱਕ ਨਗਰ ਵਸਾਇਓ, ਸੁੱਤ ਦਾਰਾ ਧਨ ਤਹਾਂ ਮੰਗਾਇਓ, ਤਾਕੋ ਧਰਿਓ ਭੋਜ ਕੱਟ ਨਾਮ, ਐਸੇ ਰੁਕਮ ਵਸਾਇਓ ਗ੍ਰਾਮ। ਅਤੇ ਉਸ ਨੇ ਭੋਜ ਕੱਟ ਨਾਮੇ ਇੱਕ ਨਵਾਂ ਹੀ ਨਗਰ ਵਸਾ ਲਿਆ। ਅਤੇ ਅੱਜ ਦੇਖੋ ਆਪਾਂ ਕੇਸ ਕਟਵਾ ਕੇ, ਜਦੋਂ ਸਾਡੇ ਕੇਸ ਹੁੰਦੇ ਆ ਉਸ ਉਦੋਂ ਭਾਵੇਂ ਅਸੀਂ ਮਾੜੀ ਮੋਟੀ ਸ਼ਰਮ ਕਰਦੇ ਹਾਂ, ਕੇਸ ਕਟਵਾ ਕੇ ਅਸੀਂ ਇੱਦਾਂ ਫਿਰਦੇ ਹਾਂ, ਸਗੋਂ ਲੋਕਾਂ ਨੂੰ ਵੇਖ ਕੇ ਹੱਸਦੇ ਹਾਂ ਕਿ ਆਹ ਦੇਖੋ ਮੈਂ ਕੇਸ ਕਟਵਾ ਲਏ ਆ। ਸਗੋਂ ਸਾਨੂੰ ਪੁਰਾਣੇ ਧਰਮ ਗ੍ਰੰਥ ਪੜ੍ਹ ਕੇ ਇਹ ਸ਼ਰਮ ਆਉਣੀ ਚਾਹੀਦੀ ਹੈ ਕਿ ਮੈਂ ਕੇਸ ਕਟਵਾ ਲਏ ਆ, ਮੇਰੀ ਇੰਨੀ ਕਿਸਮਤ ਮਾੜੀ ਹੈ ਕਿ ਮੈਂ ਸ਼੍ਰੀ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਦਾ ਨਾਦੀ ਪੁੱਤਰ ਹੁੰਦਿਆਂ ਹੋਇਆਂ, ਇੰਨੇ ਇਤਿਹਾਸ ਦਾ ਵਾਰਸ ਹੁੰਦਿਆਂ ਹੋਇਆਂ, ਮੇਰੇ ਇੰਨੇ ਮੰਦੇ ਭਾਗ ਹਨ ਕਿ ਮੈਂ ਗੁਰੂ ਕੀ ਆਗਿਆ ਨਹੀਂ ਮੰਨ ਸਕਦਾ। ਸ਼ਰਮ ਸਾਨੂੰ ਇਹ ਆਉਣੀ ਚਾਹੀਦੀ ਹੈ, ਪਰ ਹਾਲਾਤ ਇਹ ਨੇ ਕਿ ਅਸੀਂ ਕੇਸ ਕਟਵਾ ਕੇ ਸਗੋਂ ਆਕੜ ਕੇ ਮਾਣ ਮਹਿਸੂਸ ਕਰ ਰਹੇ ਹਾਂ। ਸੋ ਆਪ ਸੰਗਤ ਗੁਰੂ ਪਿਆਰਿਆਂ ਨੂੰ ਚਰਣਾਂ ਦੇ ਵਿੱਚ ਬੇਨਤੀ ਹੈ ਕਿ ਜਿਹੜੇ ਗੁਰੂ ਕੇ ਪਿਆਰੇ ਕੇਸਾਧਾਰੀ ਹਨ, ਸਮਝ ਲੈਣਾ ਕਰੋ ਕਿ ਤੁਸੀਂ ਉਸ ਫੁਲਵਾੜੀ ਦੇ ਪੈਰੋਕਾਰ ਹੋ, ਉਸ ਫੁਲਵਾੜੀ ਦੇ ਤੁਸੀਂ ਮੰਨਣਹਾਰ ਹੋ, ਜਿਹੜੀ ਫੁਲਵਾੜੀ ਕਦੇ ਸ਼੍ਰੀ ਗੁਰੂ ਨਾਨਕ ਦੇਵ ਮਹਾਰਾਜ ਜੀ ਨੇ ਲਾਈ ਸੀ, ਜਿਹੜੀ ਫੁਲਵਾੜੀ ਸ਼੍ਰੀ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਨੇ ਆਪਣੇ ਸਰਬੰਸ ਦਾ ਖੂਨ ਪਾ ਕੇ ਜਿਹੜੀ ਫੁਲਵਾੜੀ ਹਰੀ ਕੀਤੀ ਹੈ, ਉਸ ਫੁਲਵਾੜੀ ਦੇ ਤੁਸੀਂ ਫੁੱਲ ਹੋ। ਅਤੇ ਜਿਹੜੇ ਆਪਾਂ ਕੇਸਾਧਾਰੀ ਨਹੀਂ ਵੀ ਹਨ ਗੁਰਸਿੱਖ, ਅਸੀਂ ਸਤਿਗੁਰੂ ਸਾਹਿਬਾਨ ਜੀ ਦੇ ਚਰਨ ਕਮਲਾਂ ਪਾਸ ਅਰਦਾਸ ਬੇਨਤੀ ਕਰੀਏ ਕਿ ਸਤਿਗੁਰੂ ਜੀ, ਅਸੀਂ ਤੁਹਾਡੀ ਫੁਲਵਾੜੀ ਦੇ ਹੀ ਫੁੱਲ ਹਾਂ, ਅਸੀਂ ਆਪਣੀ ਮਾੜੀ ਕਿਸਮਤ ਕਰਕੇ ਮੁਰਝਾ ਗਏ ਹਾਂ, ਸਾਨੂੰ ਇਸ ਫੁਲਵਾੜੀ ਦੇ ਵਿੱਚੋਂ ਪੁੱਟ ਕੇ ਬਾਹਰ ਨਾ ਸੁੱਟ ਦਿਓ, ਕਿਉਂਕਿ ਜਿਵੇਂ ਇੱਕ ਨਿਕੰਮੇ ਪੁੱਤ ਨੂੰ ਮਾਤਾ ਪਿਤਾ ਬਾਹਰ ਨਹੀਂ ਕੱਢਦੇ, ਸਗੋਂ ਉਸ ਦੇ ਸੁਧਾਰ ਦੇ ਲਈ ਯਤਨ ਕਰਦੇ ਹਨ, ਸੱਚੇ ਪਾਤਸ਼ਾਹ ਅਸੀਂ ਵੀ ਏਕ ਪਿਤਾ ਏਕ ਸਕੇ ਹਮ ਬਾਰਿਕ, ਅਸੀਂ ਵੀ ਤੁਹਾਡੇ ਪੁੱਤਰਾਂ ਦੇ ਵਾਂਗ ਹਾਂ, ਸਾਨੂੰ ਵੀ ਇਸ ਫੁਲਵਾੜੀ ਦੇ ਹਰੇ ਭਰੇ ਫੁੱਲਾਂ ਦੇ ਵਾਂਗ ਸੁਗੰਧੀਦਾਰ ਸਾਨੂੰ ਫੁੱਲ ਬਣਾ ਲੈਣਾ ਕਰੋ, ਅਸੀਂ ਵੀ ਬਾਣੀ ਅਤੇ ਬਾਣੇ ਦੇ ਨਾਲ ਜੁੜ ਕੇ ਆਪਣਾ ਲੋਕ ਸੁਖੀਆ ਪਰਲੋਕ ਸੁਹੇਲਾ ਕਰ ਸਕੀਏ। ਇਹ ਆਪਾਂ ਅਰਦਾਸ ਬੇਨਤੀ ਗੁਰੂ ਚਰਨਾਂ ਵਿੱਚ ਕਰਨੀ ਹੈ, ਜਿਸ ਦੇ ਨਾਲ ਸਾਡਾ ਲੋਕ ਸੁਖੀਆ ਪਰਲੋਕ ਸੁਹੇਲਾ ਹੋ ਸਕਦਾ ਹੈ। ਵਿਚਾਰਾਂ ਕਰਦਿਆਂ ਤੋਂ ਹੋਈਆਂ ਬੇਅੰਤ ਭੁੱਲਾਂ ਦੀ ਖਿਮਾ ਆਪ ਸੰਗਤ ਸਤਿਗੁਰੂ ਸਾਹਿਬਾਨ ਜੀ ਬਖਸ਼ਣ ਯੋਗ ਹਨ, ਬਖਸ਼ ਲੈਣਾ ਜੀ। ਫਤਿਹ ਬੁਲਾ ਕਰਕੇ ਸ਼ਬਦ ਕੀਰਤਨ ਦੇ ਨਾਲ ਜੁੜਨਾ ਕਰੀਏ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।